ਤਿੰਨ ਏਟੀਐਮ ਤੋਂ ਹੋ ਗਿਆ, ਤਿੰਨਾਂ 'ਚ ਪੈਸੇ ਨਿਕਲਦੇ ਨਹੀਂ ਪਏ, ਹੈ ਹੀ ਨਹੀਂ, ਪਤਾ ਨਹੀਂ ਏਟੀਐਮ ਖਰਾਬ ਹੋ ਗਿਆ, ਕੀ ਚੱਕਰ ਪੈ ਗਿਆ। ਹੁਣ ਪਕੌੜੇ ਬਣਾਏ ਸੀ, ਪਕੌੜੇ ਖਾ ਰਹੇ ਹਾਂ, ਫਿਰ ਜਾਵਾਂਗੇ ਡਿਊਟੀ 'ਤੇ। ਮੀਂਹ ਵੀ ਆ ਰਿਹਾ ਵਾ, ਇੱਕ ਵਾਰੀ ਨਿਗਾਹ ਮਾਰ ਕੇ ਫਿਰ ਆਫਿਸ 'ਚ ਬਹਾਂਗੇ ਆਪਾਂ। ਚਲੋ ਜੀ, ਸਵਾਗਤ ਆ ਤੁਹਾਡਾ ਮੇਰੀ ਅਗਲੀ ਵੀਡੀਓ 'ਚ। 10 ਵਜੇ ਨਾਲੇ ਆ ਅਤੇ ਜਾਵਾਂਗੇ ਅੱਜ ਸਾਈਕਲਿੰਗ ਕਰਨ। ਸਾਈਕਲ ਮੈਂ ਸਾਫ ਕਰ ਲਿਆ ਵਾ ਅਤੇ ਆਪਣਾ ਮੈਂ 6:30 ਵਜੇ ਘਰ ਆ ਗਿਆ ਸੀਗਾ, ਨਾਈਟ ਲਾ ਕੇ ਆਇਆ, ਸੁੱਤਾ ਨਹੀਂ ਅਜੇ। ਸਾਈਕਲਿੰਗ ਕਰਨ ਜਾਊਂਗਾ, ਫਿਰ ਆ ਕੇ ਸੌਂਗਾ, ਠੀਕ ਆ। ਅਤੇ ਹਲੇ ਮੈਂ ਕੱਪੜੇ ਤਾਂ ਨਹੀਂ ਪਾਏ, ਮੈਂ ਚੱਲਿਆ ਹੈੱਡਫੋਨ ਲੈਣ। ਅੱਜ ਮੈਂ ਵੀਡੀਓ ਘੱਟ ਬਣਾਊਂਗਾ, ਗਾਣੇ ਜ਼ਿਆਦਾ ਸੁਣੂੰਗਾ, ਆਨੰਦ ਲਊਂਗਾ ਗਾਣੇ ਦਾ, ਜਿਹਦੇ ਨਾਲ ਸਾਈਕਲ ਨਾ ਵਧੀਆ ਚੱਲਦਾ। ਹਾਂ ਸੱਚ ਮੇਰੇ ਵੀਰੋ, ਸਾਈਕਲਿੰਗ ਦੇ ਨਾਲ ਨਾਲ ਸੌਂਗ ਵੀ ਬੜਾ ਮਤਲਬ ਪੰਪ ਦਿੰਦਾ ਸਰੀਰ ਨੂੰ। ਸਿੱਧੂ ਮੂਸੇਵਾਲੇ ਦੇ ਗਾਣੇ, ਅਰਜਨ ਢਿੱਲੋਂ ਦੇ, ਹੋਰ ਵੀ ਕਾਫੀ ਨੇ, ਮਤਲਬ ਜੋਸ਼ ਹੁੰਦਾ ਵਾ ਗਾਣਾ ਸੁਣ ਕੇ। ਫਿਰ ਸਾਈਕਲ ਬਹੁਤ ਵਧੀਆ ਚੱਲਦਾ ਵਾ, ਮੇਰੇ ਹੈੱਡਫੋਨ ਖਰਾਬ ਆ ਅਤੇ ਹੁਣ ਮੈਂ ਚੱਲਿਆ ਵਾਂ ਦੁਕਾਨ 'ਤੇ ਹੈੱਡਫੋਨ ਖਰੀਦਣ, ਜ਼ਿਆਦਾ ਨਹੀਂ ਉਹੀ ਜਿਹੜੇ ਸਸਤੇ ਵਾਲੇ 60-70 ਰੁਪਏ ਵਾਲੇ। ਚਲੋ ਚੱਲਦੇ ਹਾਂ ਅਤੇ ਵੀਡੀਓ ਨੂੰ ਪੂਰਾ ਦੇਖਿਓ। ਚਲੋ ਫਿਰ ਚੱਲਦੇ ਹਾਂ ਹੈੱਡਫੋਨ ਲੈਣ। ਮੈਨੂੰ ਇੱਕ ਟੈਨਸ਼ਨ ਇਹ ਵੀ ਹੋ ਰਹੀ ਆ, ਦੁਕਾਨਾਂ ਕਿਤੇ ਬੰਦ ਨਾ ਹੋਣ, ਕਿਉਂਕਿ ਟਾਈਮ 10 ਵਜੇ ਆ, ਮੋਬਾਈਲ ਵਾਲੀਆਂ ਦੁਕਾਨਾਂ ਮੇਰੇ ਖਿਆਲ ਨਾਲ 11 ਵਜੇ ਖੁੱਲ੍ਹਦੀ ਆ। ਬਸ ਇਹ ਟੈਨਸ਼ਨ ਖੁੱਲ੍ਹੀ ਹੋਵੇ, ਕੋਈ ਇੱਕ ਅੱਧੀ ਹੈੱਡਫੋਨ ਲੈ ਲਾਂਗੇ, ਫਿਰ ਗਾਣੇ ਦਾ ਆਨੰਦ ਲਵਾਂਗਾ ਅੱਜ ਅਤੇ ਵੀਡੀਓ ਘੱਟ। ਓਹੋ, ਰਸਤਾ ਇੰਨਾ ਖਰਾਬ, ਬੁਰਾ ਹਾਲ, ਚੇਤਾ ਭੁੱਲ ਗਿਆ ਮੈਂ ਕੀ ਕਹਿ ਰਹੀ। ਦੁਕਾਨਾਂ ਮੈਂ ਚਾਹੁੰਦਾ ਖੁੱਲ੍ਹੀ ਰਹਿਣ, ਹੈੱਡਫੋਨ ਲਵਾਂਗੇ, ਗਾਣੇ ਦਾ ਆਨੰਦ ਲੈ ਚਲਾਵਾਂਗੇ ਸਾਈਕਲ। ਚਲੋ ਮੇਰੇ ਵੀਰੋ, ਰੈਡੀ ਸ਼ੈਡੀ ਹੋ ਗਿਆ ਵਾਂ ਅਤੇ ਹੁਣ ਆਪਾਂ ਚੱਲੇ ਹਾਂ ਸਾਈਕਲਿੰਗ ਕਰਨ। ਵੀਡੀਓ ਨੂੰ ਦੇਖੋ ਪੂਰਾ, ਵੀਡੀਓ ਘੱਟ ਬਣਾਊਂਗਾ ਮੈਂ, ਘੱਟ, ਜ਼ਿਆਦਾ ਚਲਾਊਂਗਾ ਸਾਈਕਲ, ਠੀਕ ਆ। ਚਲੋ ਫਿਰ ਚੱਲਦੇ ਹਾਂ। ਏਕਮ ਸਾਈਕਲਿਸਟ ਪੰਜਾਬ, ਹਵਾ ਮੈਂ ਪੂਰੀ ਭਰ ਲਈ ਸੀ ਪਹਿਲਾਂ ਹੀ, ਅੱਗੇ ਪਿੱਛੇ ਪ੍ਰੋਪਰ ਬੋਤਲ 'ਚ ਪਾਣੀ ਭਰ ਲਿਆ। ਚਲੋ ਫਿਰ ਚੱਲਦੇ ਹਾਂ। ਮੈਂ 3 ਵਜੇ ਸਾਈਕਲਿੰਗ ਕਰਕੇ ਆ ਗਿਆ ਸੀਗਾ ਅਤੇ 7 ਵਜੇ ਉੱਠਿਆ ਸੀਗਾ, ਹੁਣ 7:20 ਹੋ ਗਏ ਆ ਅਤੇ ਮੈਂ ਅੱਡੇ ਨਾਲ ਸ਼ੇਕ ਬਣਾਇਆ ਵਾ, ਘਰ ਨੂੰ ਦਿਖਾਉਂਦੇ ਹਾਂ। ਹੁਣ ਪੀਵਾਂਗੇ ਬਣਾਉਣਾ ਸ਼ੇਕ ਅਤੇ ਥੋੜ੍ਹੀ ਦੇਰ ਪਹਿਲਾਂ ਮੈਂ ਏਟੀਐਮ ਵੀ ਗਿਆ ਸੀਗਾ ਪੈਸੇ ਕਢਾਉਣ।
ਆਪਣਾ 2600 ਰੁਪਈਆ ਪਾਪਾ ਦੇ ਕੰਮ 'ਚ ਆਇਆ ਸੀਗਾ, ਉਹਨਾਂ ਨੂੰ ਦਿੱਤਾ ਜੀ। ਉਹਨਾਂ ਨੇ 100-200 ਰੁਪਇਆ ਦਿੱਤਾ ਜੀ ਮੈਨੂੰ। ਮੁੜ ਚੋਂ ਫਿਰ ਕੇਲੇ ਅਤੇ ਦੁੱਧ ਲੈ ਆਉਂਦਾ ਸੀਗਾ ਅਤੇ ਬਣਾ ਲਿਆ, ਬਣਾਉਣ 6 ਘੰਟੇ ਪੀ ਲਿਆ। ਦੇਖਦੇ ਹਾਂ ਟੇਸਟ, ਮਿੱਠਾ ਪਾਇਆ ਥੋੜ੍ਹਾ ਜਿਹਾ। ਚਲੋ ਜੀ, ਰਾਤ ਦੇ 9:50 ਹੋ ਗਏ ਆ, ਜੋਬ 'ਤੇ ਆ ਗਏ, ਨਾਈਟ ਸ਼ਿਫਟ ਆ। ਹੁਣ ਜਾ ਕੇ ਬਹਾਂਗੇ ਔਫਿਸ 'ਚ, ਦਿਖਾਉਂਦੇ ਹਾਂ ਤੁਹਾਨੂੰ, ਫੇਰ ਕਰਾਂਗੇ ਵੀਡੀਓ ਨੂੰ ਐਂਡ। ਚਲੋ ਜੀ, ਔਫਿਸ 'ਚ ਪਹੁੰਚ ਗਏ ਹਾਂ, ਪੂਰਾ ਸਹੀ ਸਲਾਮਤ। ਅੱਜ ਦੀ ਵੀਡੀਓ ਬਹੁਤ ਛੋਟੀ ਬਣੀ ਆ, ਮਾਫ਼ ਕਰੋ, ਠੀਕ ਆ। ਮੇਰਾ ਵੀ ਜੀ ਨਹੀਂ ਕਰਦਾ ਸੀ ਵਾਰ ਵਾਰ ਬਣਾਉਣ ਨੂੰ, ਸਾਈਕਲ ਲਗਾਤਾਰ ਚਲਾ ਰਿਹਾ ਸੀ, ਇਸ ਲਈ ਥੋੜ੍ਹੀ ਥੋੜ੍ਹੀ ਵੀਡੀਓ ਬਣਾਈ ਹੈ ਅੱਜ। ਮੈਂ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਵੀ ਘੈਂਟ ਲੱਗੀ ਹੋਊਗੀ, ਛੋਟੀ ਸੀ, ਚਲੋ ਇਹ ਵੀ ਘੈਂਟ ਲੱਗੀ ਹੋਣੀ ਆ, ਠੀਕ ਆ। ਇਸ ਤਰ੍ਹਾਂ ਛੋਟੀ ਵੱਡੀ ਵੀਡੀਓ ਮੈਂ ਪਾਉਂਦਾ ਰਹੂੰਗਾ, ਅਤੇ ਅੱਜ ਦੀ ਵੀਡੀਓ ਨੂੰ ਆਪਾਂ ਫਿਰ ਇੱਥੇ ਐਂਡ ਕਰਦੇ, ਠੀਕ ਆ। ਜੇ ਤੁਹਾਨੂੰ ਕੁਛ ਵੀ ਵਧੀਆ ਲੱਗਿਆ ਤਾਂ ਪਲੀਜ਼ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਜ਼ਰੂਰ ਕਰਦੇ ਜਾਓ, ਠੀਕ ਆ। ਜਾਂਦੇ ਜਾਂਦੇ ਬੈਲ ਆਇਕਨ ਨੂੰ ਆਲ ਤਾਂ ਕਰ ਦਿਓ, ਜਿਸ ਨਾਲ ਤੁਹਾਨੂੰ ਮੇਰੀ ਨਵੀਂ ਵੀਡੀਓ ਸਾਰਿਆਂ ਨਾਲੋਂ ਪਹਿਲਾਂ ਦੇਖਣ ਨੂੰ ਮਿਲ ਜੂਗੀ, ਠੀਕ ਆ। ਓਕੇ, ਟਾਟਾ, ਗੁੱਡ ਬਾਏ, ਮਿਲਦੇ ਹਾਂ ਅਗਲੇ ਵਲੌਗ 'ਚ। ਚਲੋ ਜੀ, ਸਵਾਗਤ ਆ ਤੁਹਾਡਾ ਮੇਰੀ ਅਗਲੀ ਵੀਡੀਓ 'ਚ, ਅਤੇ ਸ਼ਾਮ ਦੇ 5:00 ਆ, ਅੱਜ 13 ਅਪ੍ਰੈਲ, ਅਤੇ ਅੱਜ ਵਿਸਾਖੀ ਆ, ਅਤੇ ਮੈਂ ਹੁਣ ਉੱਠਿਆ ਸੋ ਕੇ। ਹੋਰ ਮੁੰਡਿਆ ਕੀ ਹਾਲ ਆ? ਹਾਂ, ਕੋਠੇ ਆ। ਮੈਂ ਨਾਈਟ ਲਾ ਕੇ ਆਇਆ ਸੀਗਾ, ਅਤੇ ਉੱਠਿਆ ਸੀਗਾ 11-12 ਵਜੇ ਦਾ, ਫਿਰ ਬਾਅਦ 'ਚੋਂ ਬਹਿ ਕੇ ਵੀਡੀਓ ਐਡਿਟ ਕਰ ਰਿਹਾ ਸੀਗਾ। ਵੀਡੀਓ ਮੈਂ ਅੱਜ ਉਹ ਵਾਲੀ ਪਾਈ ਆ, ਆਪਣਾ ਹੋਲੇ ਮਹੱਲੇ ਵਾਲੀ, ਜਦੋਂ ਮੈਂ ਅਤੇ ਮੇਰਾ ਫਰੈਂਡ ਨੇ ਸਿਰੂ ਅਸੀਂ ਉੱਧਰ ਜਾ ਰਹੇ ਸੀਗੇ, ਆਪਣਾ 40 ਕਿਲੋਮੀਟਰ, 40 ਕਿਲੋਮੀਟਰ। ਅੱਜ ਉਹ ਵੀਡੀਓ ਐਡਿਟ ਕਰਦਾ ਪਿਆ ਸੀਗਾ ਬੈਠਾ, ਅਤੇ ਅੱਜ 13 ਅਪ੍ਰੈਲ ਆ, ਅਤੇ ਹੁਣ ਮੈਂ ਚੱਲਿਆ ਵਾਂ ATM ਪੈਸੇ ਕਢਾਉਣ। ਅਤੇ ਘਰ ਦੇ ਗਏ ਆ ਆਲਮਗੀਰ ਮੱਥਾ ਟੇਕਣ ਵਿਸਾਖੀ ਕਰਕੇ, ਅਤੇ ਮੈਂ ATM 'ਚ ਚੱਲਿਆ ਪੈਸੇ ਕਢਾਉਣ। ਪਾਪਾ ਕਹਿੰਦੇ ਪੈਸੇ ਕਢਾ ਕੇ ਰੱਖਦੇ, ਮੈਂ ਆ ਰਿਹਾ। ਮੈਂ ਕਿਹਾ ਠੀਕ ਆ ਜੀ। ਉਹ ਤੇਰੀ, ਕਿੰਨਾ ਬੁਰਾ ਹਾਲ ਹੋ ਗਿਆ ਜੀ ਮੋਟਰਸਾਈਕਲ ਦਾ, ਪੂਰਾ ਗੰਦਾ ਦੇਖੋ। ਮੈਨੂੰ ਲੱਗਦਾ ਕਣੀਆਂ ਪਈਆਂ ਮਾੜੀ ਮਾੜੀ। ਸਵੇਰ ਦਾ ਮੈਂ ਹੁਣ ਬਾਹਰ ਨਿਕਲਦਾ ਪਿਆ ਮੇਰੇ ਵੀਰੋ, 6:30 ਘਰ ਆ ਗਿਆ ਸੀਗਾ ਮੈਂ, ਸ਼ਿਫਟ ਲਾ ਕੇ ਨਾਈਟ। ਮੈਂ ਵੀ ਸੋਚ ਰਿਹਾ ਅੱਜ ਵਿਸਾਖੀ ਆ, ਗੁਰਦੁਆਰੇ ਹੋ ਕੇ ਆਵਾਂ। ਹੁਣੇ ਮੈਂ ATM 'ਚ ਹੋ ਕੇ ਆਇਆ ਸੀਗਾ, ਪੈਸੇ ਨਿਕਲਦੇ ਨਹੀਂ ਪਏ ਜੀ। 3 ATM ਤੋਂ ਹੋ ਗਿਆ, 3 'ਚ ਪੈਸੇ ਨਿਕਲਦੇ ਨਹੀਂ ਪਏ, ਹੈ ਹੀ ਨਹੀਂ, ਪਤਾ ਨਹੀਂ ATM ਖਰਾਬ ਹੋ ਗਿਆ, ਕੀ ਚੱਕਰ ਪੈ ਗਿਆ, ਮੈਨੂੰ ਕੁਛ ਵੀ ਸਮਝ ਨਹੀਂ ਲੱਗ ਰਹੀ। ਅਤੇ ਹੁਣ ਮੈਂ ਇੱਦਾਂ ਹੀ ਘਰ ਆ ਗਿਆ ਵਾਂ। ਮੈਂ ਪਾਪਾ ਨੂੰ ਕਿਹਾ ਜੇ ਤੁਸੀਂ ਕੁਛ ਲਿਆਉਣਾ ਵਾ ਸਮਾਨ,
ਉਹ ਦੁਕਾਨ ਦਾ ਮੈਨੂੰ ਸਕੈਨਰ ਦੀ ਫੋਟੋ ਖਿੱਚ ਕੇ ਨਾ ਭੇਜ ਦਿਓ ਅਤੇ ਮੈਂ ਸਕਰੀਨਸ਼ੋਟ ਮਾਰ ਕੇ ਅਤੇ ਪੇ ਕਰ ਦਾਂਗੇ। ਹੁਣ ਇਹੀ ਆ ਹੱਲ ਅਗਲੇ ਨੂੰ ਪੈਸੇ ਦੇਣ ਦਾ, ਕੈਸ਼ ਨਿਕਲਦੇ ਨਹੀਂ ਪਏ, ਪਤਾ ਨਹੀਂ ਕੀ ਚੱਕਰ ਪੈ ਗਿਆ। ਸ਼ਾਮੀ ਆਪਣੇ ਭਰਾ ਨੂੰ ਲੈ ਕੇ ਜਾਊਂਗਾ ਇੱਕ ਵਾਰੀ, ਉਹ ਦੇਖੇਗਾ ਚੈੱਕ ਕਰੇਗਾ, ਉਹਨੂੰ ਥੋੜ੍ਹੀ ਜ਼ਿਆਦਾ ਨੌਲੇਜ ਆ ਇਸ ਬਾਰੇ, ਮੈਨੂੰ ਜ਼ਿਆਦਾ ਕੁਛ ਪਤਾ ਨਹੀਂ। ਜਾ ਕੇ ਸਿੱਧਾ ਮੈਂ ਪਾਸਵਰਡ ਭਰਦਾ ਸੀ ਅਤੇ ਪੈਸੇ ਕੱਢ ਕੇ ਲੈ ਆਉਂਦਾ ਸੀ, ਇਹ ਕੁਛ ਹੋਰ ਹੀ ਚੱਕਰ ਪੈ ਰਿਹਾ ਵਾ। ਉਹ ਆਊਗਾ ਸ਼ਾਮੀ ਅਤੇ ਉਹਨੂੰ ਲੈ ਕੇ ਜਾਊਂਗਾ ਨਾਲ। ਚਲੋ ਜੀ, ਏਟੀਐਮ ਸ਼ੇਟੀਐਮ ਦਾ ਕੰਮ ਬਾਅਦ 'ਚੋਂ ਦੇਖਾਂਗੇ, ਮਤਲਬ ਕੱਲ੍ਹ ਪਰਸੋਂ ਵੇਖਾਂਗੇ। ਹੁਣ ਪਕੌੜੇ ਬਣਾਏ ਗਏ ਮੰਮੀ ਨੇ ਅਤੇ ਮੈਂ ਵੀ ਅੱਜ ਕਿਤੇ ਗਿਆ ਨਹੀਂ ਵਿਸਾਖੀ, ਤਾਂ ਮੈਂ ਸੋਚਿਆ ਗੁਰਦੁਆਰੇ ਜਾਊਂਗਾ, ਪਰ ਘਰ ਬੈਠਾ ਰਿਹਾ, ਦਿਲ ਹੀ ਨਹੀਂ ਕਰਦਾ ਕਿਤੇ ਜਾਣ ਨੂੰ। ਅਤੇ ਹੁਣ ਪਕੌੜੇ ਬਣਾਏ ਸੀ, ਪਕੌੜੇ ਖਾ ਰਹੇ ਹਾਂ, ਫਿਰ ਜਾਵਾਂਗੇ ਡਿਊਟੀ 'ਤੇ। ਚਲੋ ਜੀ, ਹੁਣ ਮੈਂ ਡਿਊਟੀ 'ਤੇ ਆ ਗਿਆ ਸੀਗਾ 10 ਵਜੇ, ਪਲਾਂਟ ਚੈੱਕ ਕਰਦਾ ਪਿਆ ਵਾਂ, ਮੀਂਹ ਵੀ ਆ ਰਿਹਾ ਵਾ, ਇੱਕ ਵਾਰੀ ਨਿਗਾਹ ਮਾਰ ਕੇ ਫਿਰ ਆਫਿਸ 'ਚ ਬਹਾਂਗੇ ਆਪਾਂ। ਬਸ ਆਹ ਟੈਂਕ ਦੇਖਣੇ ਆ, ਫੁੱਲ ਨਾ ਹੋ ਜਾਵੇ ਕੋਈ, ਓਵਰਫਲੋ ਨਾ ਹੋ ਜਾਵੇ ਪਾਣੀ ਵਾਲਾ ਟੈਂਕ, ਬਹੁਤ ਨਾਲੇ ਡੂੰਘੇ ਵੀ ਆ, ਆਪਾਂ ਨੂੰ ਧਿਆਨ ਰੱਖਣਾ ਪਊਗਾ ਵਿੱਚ ਨਾ ਡਿੱਗ ਜਾਵੇ ਕੋਈ, ਬਹੁਤ ਡੂੰਘੇ ਆ ਬਹੁਤ ਜ਼ਿਆਦਾ। ਮੈਂ ਤਾਂ ਆਹ ਦੇਖਣ ਆਇਆ ਵਾਂ ਸਪੀਡ, ਠੀਕ ਆ ਥੋੜ੍ਹੀ ਜਿਹੀ ਵਧਾ ਕੇ ਆਉਂਦਾ ਮੈਂ, ਨਹੀਂ ਤਾਂ ਪੰਪ ਗਰਮ ਹੋ ਜੂਗਾ ਜੇ ਸਪੀਡ ਘੱਟ ਰਹੀ ਤਾਂ। ਚਲੋ ਜੀ ਮੇਰੇ ਵੀਰੋ, ਸਾਰਾ ਕੁਛ ਓਕੇ ਆ, ਕੰਮ ਦੇਖ ਲਿਆ ਚੰਗੀ ਤਰ੍ਹਾਂ, ਨਿਗਾਹ ਮਾਰ ਲਈ ਮੈਂ ਆਪਣੇ 1, 2, 3, 4, 5, 6, 7, 8, 9, 10 ਟੈਂਕ ਪ੍ਰੋਪਰ ਚੱਲਦੇ ਪਏ, 10 ਟੈਂਕ ਓਕੇ ਆ। ਅਤੇ ਚਲੋ ਜੀ, ਅੱਜ ਦੀ ਵੀਡੀਓ ਨੂੰ ਵੀ ਆਪਾਂ ਇੱਥੇ ਐਂਡ ਕਰਦੇ, ਠੀਕ ਆ। ਜੇ ਤੁਹਾਨੂੰ ਕੁਛ ਵੀ ਵਧੀਆ ਲੱਗਿਆ ਤਾਂ ਪਲੀਜ਼ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ, ਠੀਕ ਆ। ਜਾਂਦੇ ਜਾਂਦੇ ਬੈਲ ਆਈਕਨ ਨੂੰ ਆਲ 'ਤੇ ਕਰ ਦਿਓ, ਜਿਹਦੇ ਨਾਲ ਤੁਹਾਨੂੰ ਮੇਰੀ ਨਵੀਂ ਵੀਡੀਓ ਸਾਰਿਆਂ ਨਾਲੋਂ ਪਹਿਲਾਂ ਦੇਖਣ ਨੂੰ ਮਿਲ ਜੂਗੀ, ਠੀਕ ਆ। ਓਕੇ, ਟਾਟਾ, ਗੁੱਡ ਬਾਏ। ਪਲਾਂਟ ਪੂਰਾ ਓਕੇ ਚੱਲਦਾ ਪਿਆ, ਸਹੀ ਆ, ਮਿਲਦੇ ਆਪਾਂ ਅਗਲੇ ਵਲੋਗ 'ਚ, ਠੀਕ ਆ। ਓਕੇ, ਟਾਟਾ, ਗੁੱਡ ਬਾਏ।